ਤਸਵੀਰਾਂ 'ਚ ਨਜ਼ਰ ਆ ਰਹੀਆਂ ਇਹ ਮੂਰਤੀਆਂ ਤੁਹਾਡਾ ਵੀ ਧਿਆਨ ਆਪਣੇ ਵੱਲ ਖਿੱਚ ਰਹੀਆਂ ਹੋਣਗੀਆਂ। ਪਰ ਕਮਾਲ ਦਾ ਹੁਨਰ ਰੱਖਣ ਵਾਲੇ ਇਸ ਮੂਰਤੀਕਾਰ ਵੱਲ ਨਾ ਤਾਂ ਸਰਕਾਰਾਂ ਦਾ ਧਿਆਨ ਹੈ ਤੇ ਨਾ ਹੀ ਪ੍ਰਸ਼ਾਸਨ ਦਾ। ਫਿਰ ਵੀ ਇਹ ਨੌਜਵਾਨ ਆਪਣੀ ਮਿਹਨਤ ਸਦਕਾ ਕਈ ਸੂਬਿਆਂ 'ਚ ਨਾਮ ਰੋਸ਼ਨ ਕਰ ਰਿਹਾ ਹੈ ਅਤੇ ਹੁਣ ਕਈ ਸਟੇਟ ਅਵਾਰਡ ਵੀ ਜਿੱਤ ਚੁੱਕਿਆ ਹੈ। ਪਠਾਨਕੋਟ ਦਾ ਰਹਿਣ ਵਾਲਾ ਜੋਗਿੰਦਰ ਪਾਲ, ਜੋ ਪੇਸ਼ੇ ਤੋਂ ਮੂਰਤੀਕਾਰ ਹੈ ਤੇ ਮਿੱਟੀ ਦੇ ਨਾਲ ਨਾਲ ਧਾਤੂਆਂ ਦੀਆਂ ਵੀ ਮੂਰਤੀਆਂ ਬਣਾਉਂਦਾ ਹੈ। ਇਤਿਹਾਸ ਦੇ ਪੰਨੇ 'ਚ ਲੁਕੇ ਦੇਸ਼ ਪ੍ਰੇਮੀਆਂ ਦੇ ਬੁੱਤ ਬਣਾ ਕੇ ਕਈ ਸੂਬਿਆਂ ਦੇ ਕਈ ਸ਼ਹਿਰਾਂ ਦੀ ਸਜਾਵਟ 'ਚ ਚਾਰ ਚੰਨ ਲਾ ਚੁੱਕਿਆ ਹੈ। ਫੌਜ ਲਈ ਵੀ ਇਹ ਕਈ ਤਰ੍ਹਾਂ ਦੀਆਂ ਮੂਰਤੀਆਂ ਬਣਾ ਚੁੱਕਾ ਹੈ। ਪਰ ਹੁਣ ਇਹ ਨੌਜਵਾਨ ਆਪਣੇ ਇਸ ਕਿੱਤੇ ਨੂੰ ਹੋਰ ਵੀ ਅੱਗੇ ਵਧਾਉਣਾ ਚਾਹੁੰਦਾ ਹੈ, ਦੇਸ਼ ਦੁਨੀਆਂ ਤੱਕ ਪਹੁੰਚਾਉਣਾ ਚਾਹੁੰਦਾ ਹੈ, ਜਿਸ ਲਈ ਉਹ ਸਰਕਾਰਾਂ ਤੋਂ ਮਦਦ ਮੰਗ ਰਿਹਾ ਹੈ ਤਾਂ ਜੋ ਆਪਣੇ ਕਿੱਤੇ ਦੇ ਨਾਲ ਹੀ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਭਵਿੱਖ ਸਵਾਰ ਸਕੇ। ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਵਿੱਚ ਇਸਨੂੰ ਜਿਹੜਾ ਸਟੇਟ ਪੱਧਰੀ ਅਵਾਰਡ ਵੀ ਮਿਲੇ ਹੋਏ ਨੇ, ਪਰ ਜੇਕਰ ਗੱਲ ਕਰੀਏ ਸਰਕਾਰਾਂ ਦੀ ਤਾਂ ਸਰਕਾਰਾਂ ਵੱਲੋਂ ਇਸਨੂੰ ਕੋਈ ਵੀ ਮਦਦ ਦਿਖਦੀ ਹੋਈ ਨਹੀਂ ਦਿਸ ਰਹੀ। ਸੋ ਲਿਹਾਜ਼ਾ ਇੱਕ ਵਾਰ ਫਿਰ ਤੋਂ ਪਿੱਛੇ ਦੀਆਂ ਵੀ ਮੈਂ ਤੁਹਾਨੂੰ ਤਸਵੀਰਾਂ ਦਿਖਾਉਣਾ ਚਾਹਾਂਗਾ ਕਿ ਦੇਖ ਸਕਦੇ ਹੋ ਕਿ ਇੱਥੇ ਅਸ਼ੋਕ ਸਤੰਭ ਬਣਿਆ ਹੋਇਆ, ਉੱਪਰਲੇ ਪਾਸੇ ਵੀ ਜਿਹੜੇ ਨੇ ਕਾਫੀ ਸਾਰੇ ਬੁੱਤ ਬਣੇ ਹੋਏ ਨੇ। ਬਾਹਰੀ ਸੂਬਿਆਂ ਤੋਂ ਇਸਨੂੰ ਆਰਡਰ ਆ ਰਹੇ ਨੇ, ਬਾਹਰੀ ਜ਼ਿਲ੍ਹਿਆਂ ਤੋਂ ਇਸਨੂੰ ਆਰਡਰ ਆ ਰਹੇ ਨੇ, ਪਰ ਜੇਕਰ ਪਠਾਨਕੋਟ ਦੀ ਗੱਲ ਕਰੀਏ ਤਾਂ ਪਠਾਨਕੋਟ ਜ਼ਿਲ੍ਹਾ ਇਸਦੇ ਲਈ ਸਖੜਾ ਹੀ ਦਿਸ ਰਿਹਾ। ਉਹਦੇ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ। ਭਾਈ ਸਾਨੂੰ ਪਹਿਲਾਂ ਵੈਲਕਮ ਹੈ ਤੁਹਾਡਾ ਨਿਊਜ਼ 18 'ਚ। ਭਾਜੀ ਮਹਾਰਤ ਹਾਸਲ ਹੈ, ਤੁਸੀਂ ਕਾਫੀ ਸੋਹਣੇ ਸੋਹਣੇ ਬੁੱਤ ਬਣਾਏ ਹੋਏ ਨੇ, ਕਿੱਥੇ ਕਿੱਥੇ ਤੁਸੀਂ ਕੰਮ ਕਰ ਚੁੱਕੇ ਹੋ ਔਰ ਇਹਦਾ ਰੁਝਾਨ ਤੁਹਾਡੇ ਵੱਲ ਕਿੱਦਾਂ ਆਇਆ? ਮੈਂ ਸਰ ਬਚਪਨ ਵਿੱਚ ਹੀ ਥੋੜ੍ਹਾ ਆਰਟਵਰਕ ਕਰਦਾ ਸੀ, ਪੇਂਟਿੰਗ ਵਗੈਰਾ ਕਰਦਾ ਸੀ, ਸਕਲਪਚਰ ਦੀ ਮੈਨੂੰ ਨੌਲੇਜ ਨਹੀਂ ਹੈਗੀ ਅਤੇ ਕਾਲਜ ਜਾਣ ਤੋਂ ਬਾਅਦ ਇਹਦਾ ਪਤਾ ਚੱਲਿਆ ਕਿ ਮੂਰਤੀ ਕਲਾ ਦੀ ਕੋਈ ਇੱਕ ਡਿਗਰੀ ਹੁੰਦੀ ਹੈ, ਇਸ ਕਰਕੇ ਮੈਂ ਫਿਰ ਮੂਰਤੀ ਕਲਾ ਦੇ ਵਿੱਚ ਆਪਣਾ ਯੋਗਦਾਨ ਦਿੱਤਾ। ਉਹ ਹੁਣ ਤੱਕ ਤੁਸੀਂ ਕਿਹੜੀ ਕਿਹੜੀ ਸਟੇਟ ਦੇ ਵਿੱਚ ਕੰਮ ਕਰ ਚੁੱਕੇ ਹੋ ਔਰ ਉੱਥੋਂ ਕਿਹੜੇ ਕਿਹੜੇ ਤੁਹਾਨੂੰ ਅਵਾਰਡ ਮਿਲ ਚੁੱਕੇ? ਮੈਨੂੰ ਚੰਡੀਗੜ੍ਹ ਲਲੀ ਕਲਾ ਤੋਂ ਅਵਾਰਡ ਹੈ, ਜੰਮੂ J&K ਸਟੇਟ ਅਵਾਰਡ ਹੈਗਾ, ਪੰਜਾਬ ਦਾ ਸਟੇਟ ਅਵਾਰਡ ਹੈ, ਅਤੇ ਨਾਗਪੁਰ ਤੋਂ ਅਵਾਰਡ ਹੈ, ਦਿੱਲੀ ਤੋਂ ਅਵਾਰਡ ਹੈ, ਦੈਨ ਅਲੱਗ ਅਲੱਗ ਡਿਫਰੈਂਟ ਡਿਫਰੈਂਟ ਸਟੇਟਾਂ ਦਾ ਅਵਾਰਡ ਹੈ, 15-16 ਅਵਾਰਡ ਹੈ। ਹੁਣ ਤੱਕ ਦੇਸ਼ ਦੇ ਕਿੰਨੇ ਕੁ ਹਿੱਸਿਆਂ ਦੇ ਵਿੱਚ ਤੁਸੀਂ ਆਪਣਾ ਯੋਗਦਾਨ ਦੇ ਚੁੱਕੇ ਹੋ, ਕੰਮ ਕਰ ਚੁੱਕੇ? ਮੈਂ ਹਿੰਦੁਸਤਾਨ ਦੇ ਸਾਰੇ ਕੋਨਿਆਂ ਵਿੱਚ ਮੇਰੇ ਸਟੈਚੂ ਲੱਗ ਚੁੱਕੇ ਆ ਸਰ, ਕੇਰਲਾ 'ਚ ਲੱਗਿਆ ਸਰ, ਪੁਣੇ ਲੱਗਿਆ ਸਰ, ਨਾਗਪੁਰ ਲੱਗਿਆ, J&K 'ਚ ਲੱਗਿਆ, ਪੰਜਾਬ 'ਚ ਆਲਮੋਸਟ ਸਾਰੇ ਮੇਰੇ ਹੀ ਲੱਗੇ ਨੇ ਸਰ। ਅਤੇ ਸਰਕਾਰਾਂ ਵੱਲੋਂ ਇਸਨੂੰ ਲੈ ਕੇ ਕੋਈ ਤੁਹਾਡੀ ਮਦਦ ਕੀਤੀ ਗਈ ਹੋਵੇ ਜਾਂ ਤੁਹਾਨੂੰ ਕੋਈ ਮਦਦ ਸਰਕਾਰਾਂ ਵੱਲੋਂ ਮਿਲੀ? ਸਰਕਾਰ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ ਸਰ, ਮੈਂ ਫ੍ਰੀਲਾਂਸ ਕਰਦਾ ਸਰ, MFA ਕੀਤੀ ਹੈ, ਮਾਸਟਰ ਆਫ ਫਾਈਨ ਆਰਟ, ਬਹੁਤ ਸਾਰੇ ਅਵਾਰਡ ਵੀ ਮਿਲੇ ਦੇ ਆ, ਲੇਕਿਨ ਇਸ ਸਟੂਡੀਓ ਤੁਸੀਂ ਮੇਰਾ ਦੇਖ ਲਈ ਹੈ, ਸਰ ਘਰ 'ਚ ਕੰਮ ਕਰਦੇ ਹਾਂ ਅਤੇ ਬਾਅਦ ਵਿੱਚ ਮੇਰੀ ਕੋਈ ਹੈਲਪ ਨਹੀਂ ਹੋਈ ਸਰ। ਕਦੀ ਅਪਲਾਈ ਨਹੀਂ ਕੀਤਾ ਸਰਕਾਰੀ ਨੌਕਰੀ ਵਾਸਤੇ ਜਾਂ ਅਪਰੋਚ ਨਹੀਂ ਕੀਤਾ? ਨਹੀਂ ਸਰ, ਮੈਂ ਨੌਕਰੀ ਦੇ ਹੱਕ ਵਿੱਚ ਨਹੀਂ ਹੈਗਾ ਸਰ, ਮੈਂ ਫ੍ਰੀਲਾਂਸ ਕਰਨਾ ਚਾਹੁੰਦਾ, ਨੌਕਰੀ ਕਰਕੇ ਫਿਰ ਕੰਮ ਨਹੀਂ ਹੁੰਦਾ ਸਰ। ਅਤੇ ਬੱਚਿਆਂ ਦੀ ਜੇਕਰ ਗੱਲ ਕਰੀਏ ਤਾਂ ਬੱਚਿਆਂ ਦੇ ਵਿੱਚ ਵੀ ਰੁਝਾਨ ਹੈ ਇੱਦਾਂ ਦਾ ਜਾਂ ਇਕੱਲਾ ਪਿਤਾ ਤੱਕ ਹੀ ਇਹ ਜਿਹੜਾ ਰਹਿ ਗਿਆ ਕੰਮ? ਨਹੀਂ ਸਰ, ਮੇਰੇ ਦੋ ਬੱਚੇ ਆ, ਦੋਨੇ ਬੱਚੇ ਕਰਦੇ ਆ ਸਰ, ਬੇਟੀ ਆ ਬੇਟਾ, ਦੋਨੇ ਆਰਟ ਵਰਕ ਕਰਦੇ, ਪੋਰਟਰੇਟ ਵੀ ਕਰਦੇ ਆ ਔਰ ਪੇਂਟਿੰਗ ਵੀ ਕਰਦੇ ਸਰ। ਉਹਨਾਂ ਨੂੰ ਵੀ ਕੋਈ ਅਵਾਰਡ ਵਗੈਰਾ ਮਿਲੇ? ਹਾਂਜੀ, ਉਹ ਬੇਟੀ ਦਾ ਪੰਜਾਬ ਲੈਵਲ 'ਤੇ ਸਿਲੈਕਸ਼ਨ ਹੋਈ ਹੈ ਪੰਜਾਬ ਪੇਂਟਿੰਗ ਦੀ, ਔਰ KV 'ਚ ਉਹਨਾਂ ਨੂੰ 6-6 ਅਵਾਰਡ ਮਿਲਦੇ ਆ, 1 ਈਅਰ ਦੇ, 1 ਸਾਲ 'ਚ 6-6-7-7 ਅਵਾਰਡ ਮਿਲਦੇ, ਔਰ ਪਠਾਨਕੋਟ ਦੇ ਵਿੱਚ ਵੀ ਕਾਫੀ ਪਾਰਟੀਸਪੈਂਟ ਕੀਤਾ ਉਹਨਾਂ ਨੇ ਅਤੇ ਅਵਾਰਡ ਮਿਲੇ ਸਰ। ਹੋਰ ਵੀ ਕੋਈ ਲੋਕ ਹੈ ਨੇ ਜਿਹੜੇ ਇੱਥੇ ਇੱਦਾਂ ਦਾ ਕੰਮ ਕਰ ਰਹੇ ਨੇ? ਹੋਰ ਵੀ ਹੈਗੇ ਸਰ, ਜਿੱਦਾਂ ਬੋਵੀ ਆ ਚਾਰਮਲ, ਇੱਕ ਰੇਨੂਪਾਲ ਹੈ, ਹੋਰ ਵੀ 2-3 ਬੱਚੇ ਹੈਗੇ ਆ, ਲੇਕਿਨ ਉਹ ਜੋਬ ਕਰਦੇ ਆ ਬਾਹਰ। ਹਾਂਜੀ, ਤੁਸੀਂ ਫ੍ਰੀਲਾਂਸ ਹੀ ਕਿਉਂ ਚੁਣੇ? ਬਸ ਸਰ, ਆਰਟਿਸਟ ਦੀ ਆਪਣੀ ਸੋਚ ਹੁੰਦੀ ਹੈ ਸਰ, ਨੌਕਰੀ ਜੋਬ ਮਿਲੀ ਸੀ ਸਰ ਮੈਨੂੰ DVK DAV ਕਾਲਜ ਅੰਮ੍ਰਿਤਸਰ, ਮੈਂ ਕੀਤੀ ਨਹੀਂ ਸਰ।
ਤਾਂ ਦੇਖਿਆ ਤੁਸੀਂ ਕਿ ਸਾਫ਼ ਤੌਰ 'ਤੇ ਇਸ ਸ਼ਖਸ ਦਾ ਕਹਿਣਾ ਹੈ ਕਿ ਨੌਕਰੀ ਵਾਲੇ ਪਾਸੇ ਉਹ ਹੈ ਨਹੀਂ ਅਤੇ ਸਰਕਾਰ ਵੱਲੋਂ ਵੀ ਕੋਈ ਜ਼ਿਆਦਾ ਮਦਦ ਨਹੀਂ ਮਿਲੀ, ਇਸ ਕਰਕੇ ਫ੍ਰੀਲਾਂਸ ਉਹ ਜਿਹੜਾ ਕੰਮ ਕਰ ਰਿਹਾ। ਪਿੱਛੇ ਦੀਆਂ ਤਸਵੀਰਾਂ ਇੱਕ ਵਾਰ ਮੁੜ ਕੇ ਦਿਖਾਉਣਾ ਚਾਹਾਂਗਾ ਮੈਂ ਕਿ ਇਸ ਸ਼ਖਸ ਵੱਲੋਂ ਕਾਫ਼ੀ ਜਿਹੜੇ ਨੇ ਵਧੀਆ ਕਰਕੇ ਬੁੱਤ ਬਣਾਏ ਗਏ ਨੇ ਔਰ ਲੋਕਾਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਆਰਟ ਵਰਕ ਵੀ ਕੋਈ ਵਰਕ ਹੈਗਾ, ਇਸ ਪਾਸੇ ਵੀ ਜੇਕਰ ਬੱਚੇ ਚਾਹੁਣ ਆਪਣਾ ਭਵਿੱਖ ਬਣਾ ਸਕਦੇ ਨੇ, ਇਸ ਪਾਸੇ ਆ ਕੇ ਆਪਣੇ ਭਵਿੱਖ ਨੂੰ ਉਜਵਲ ਕਰ ਸਕਦੇ ਨੇ। ਸੁਖਜਿੰਦਰ ਕੁਮਾਰ, ਨਿਊਜ਼ 18 ਪੰਜਾਬ, ਪਠਾਨਕੋਟ।